ਅਸਲਾਮ ਵਾਲੇਕਮ ਦੋਸਤੋ ਤੁਸੀਂ ਵੇਖਦੇ ਪਿਓ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਆ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਦਬਾਓ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਤੁਹਾਡੇ ਵਾਸਤੇ ਰੋਜ਼ ਨਵੀਆਂ ਵੀਡੀਓ ਰੋਜ਼ ਨਵੀਆਂ ਮੱਝਾਂ ਤੇ ਨਾਮਿਨੇਟ ਮੱਝਾਂ ਸੋਹਣੀਆਂ ਸਿੰਘਾਂ ਦੀਆਂ ਗਰਦਨਾਂ ਦੀਆਂ ਪੁੱਠੀਆਂ ਦੀਆਂ ਥਣਾਂ ਦੀਆਂ ਪੂਰੇ विरलाते ते मरले मरले ते थण ना होवे ते के आ जेक नदीम खरले में भूलया फिरदा अपना देश पंजाब टीवी ते खूबसूरत मूर्तियां لبਣ ਗਿਆ सौदे नसीबा दे माल चोटी दा इंशाल्लाह ਤੁਹਾਨੂੰ ਵਿਖਾਵਾਂਗੇ ਅੱਜ ਵਾਲੀ ਮੇਰੀ ਵੀਡੀਓ ਵੀ ਦੋ ਪਹਿਲਣਾ ਤੇ ਇੱਕ ਦੁੱਜਣ ਮਾਈ ਤੇ ਜਿਹੜੀ ਹੈ ਮੁਸ਼ਤਮਿਲ ਹੈ ਉਹ ਤੁਹਾਨੂੰ ਮੈਂ ਵਿਖਾਵਾਂਗਾ ਲੇਕਿਨ ਤੁਹਾਡੀ ਰੂਹ ਵੀ ਰਾਜ਼ੀ ਹੋ ਜਾਏਗੀ ਤੁਸੀਂ ਅੱਜ ਦੁੱਧ ਵੀ ਸੁਣੋਗੇ ਰੇਟ ਵੀ ਮਕੂਲ ਸੁਣੋਗੇ ਸਾਰਾ ਕੁਝ ਤੁਹਾਨੂੰ ਅੱਜ ਮੇਰਾ ਕੈਮਰਾ ਮੈਨ ਤੇ ਮੈਂ ਦਿਖਾਵਾਂਗੇ ਨਾਲਕ ਮਾਲਕ ਨਾਲ ਪਿਆਰ ਦੀਆਂ ਚਟਕਲੀਆਂ ਗੱਲਾਂ ਵੀ ਹੋਣਗੀਆਂ ਸਭ ਤੋਂ ਪਹਿਲੇ ਐ ਮੱਝ ਦਰਦੀ ਪਈ ਹੈ ਘਰ ਦੀਆਂ ਮੱਝਾਂ ਨੇ ਦੂਜਾ ਸੁਹਾ ਮੱਝ ਨੂੰ ਐ ਦੋਨੋਂ ਮਿਲੀਆਂ ਅੱਖਾਂ ਤੋਂ ਨੇ ਸੋਹਣੀ ਨਿਕਾ ਨਿਕਾ ਸਿੰਘ ਕੁੰਡੇ ਵਰਗਾ ਬੱਲੀ ਮੱਥੇ ਤੋਂ ਗਰਦਨ ਪਈ ਹੈ ਮੱਝ ਕੋਲ ਅਲਹਮਦੁਲਿਲਾ ਚੰਗੀ ਲੰਮੀ 4-3 ਫੁੱਟ ਦੀ ਸੋਹਣੀ ਪੂਰਾ ਮੁੱਠ ਮੁੱਠ ਤੇ ਪੂੜਾ ਵਿਰਲਾ ਤੇ ਥਣ ਮੱਝ ਮੇਰਾ ਕੈਮਰਾ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਲੇਕਿਨ ਮੱਝ ਦਰਦੀ ਪਈ ਹੈ ਮੇਰੇ ਤੋਂ ਮਝ ਡਰਦੀ ਪਈ ਹੈ ਕਿ ਪਤਾ ਨਹੀਂ ਕੀ ਲੈ ਕੇ ਆ ਗਏ ਨੇ ਬismillah garam bismillah sadke jaawa na dar na dar na dar ਕੁਛ ਵੀ ਨਹੀਂ ਹੁੰਦਾ ਕੁਛ ਵੀ ਨਹੀਂ ਹੁੰਦਾ ਕੁਛ ਵੀ ਨਹੀਂ ਹੁੰਦਾ ਪਿਛਲੇ ਪਾਸੇ ਪੁੱਠਾ ਖਾਲ ਕੁਛ ਵੀ ਨਹੀਂ ਹੁੰਦਾ ਕੁਛ ਵੀ ਨਹੀਂ ਹੁੰਦਾ ਪੁੱਠਾ ਖਾਲ ਪਿਛਲੇ ਪਾਸੇ ਪੁੱਠਾ ਉਰਾ ਜਹ ਜੀ ਉਰਾ ਜਹ ਜੀ ਉਰਾ ਜਹ ਉਰਾ ਜਹ ਜਹ ਪਰੇਸ਼ਾਨ ਕੀ ਦਿਖਲੇ ਪਰੇਸ਼ਾਨ ਕੀ ਦਿਖਲੇ ਕੋਈ ਗੱਲ ਨਹੀਂ ਹੈ ਸਾਰਾ ਕੁਝ ਮੈਂ ਵਖਾਣ ਦੀ ਤੁਹਾਨੂੰ ਪੂਰੀ ਕੋਸ਼ਿਸ਼ ਕਰ ਰਿਹਾ ਲੇਕਿਨ ਮਝ ਮੇ ਕੋ ਡਰਦੀ ਪਈ ਹੈ ਮਝ ਡਰਨ ਦੀ ਜੇ ਗੱਲਾਂ ਸਾਡੀਆਂ ਚ ਕੂੜ ਹੋਵੇ ਮੱਝ ਲੈ ਜਾ ਜੀ ਤੇ ਪੈਸੇ ਵੀ ਨਾ ਦੇ ਆ ਜੇ ਜੇ ਸਾਡੀ ਮੱਝ ਕੋਲ ਦੋ ਦਿਨਾਂ ਨਾ ਹੋਵੇ ਇਹ ਸਾਰਾ ਨਿਜ਼ਾਮ ਨਾ ਹੋਵੇ ਯਾਰ ਮੈਂ ਤੇਰੇ ਕੋ ਡਰਦੀ ਮੈਂ ਤੇਰੇ ਕੋ ਡਰ ਰਹੀ ਕਿ ਪਤਨੀ ਇਹ ਕੀ ਕੀ ਦੀ ਖਲ ਕੋਸ਼ਿਸ਼ ਕਰਕੇ ਮਗਲੇ ਪਾਸੇ ਜਾ ਕੇ ਮਗਲੇ ਪਾਸੇ ਜਾ ਕੇ ਤੇ ਦਾ ਪੁੱਠਾ ਇੱਕ ਵਾਰ ਵਖਾਲ ਵੀਡੀਓ ਲੰਮੀ ਹੋ ਰਹੀ ਹੈ ਮਗਰ ਉਹ ਇੱਕ ਇੱਕ ਚੀਜ਼ ਮੇਰਾ ਕੈਮਰਾਮੈਨ ਤੁਹਾਨੂੰ ਦਿਖਾਏਗਾ ਪੂਰਾ ਪੁੱਠਾ ਪੂਰੀ ਵਖਾਉਣ ਦੀ ਕੋਸ਼ਿਸ਼ ਕਰ ਰਹੇ ਆਂ ਸੀ ਲੇਕਿਨ ਮੱਝ ਡਰ ਰਹੀ ਸਾਡੇ ਤੋਂ ਪਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿਹੜਾ ਕੁਛ ਅਸੀਂ ਵਖਾ ਲਿਆ ਜਿਹੜੀ ਚੀਜ਼ ਅਸੀਂ ਦੱਸਾਂਗੇ ਉਹ ਫਾਈਨਲੀ ਹੋਵੇਗੀ ਅੱਲਾਹ ਦੀ ਮਿਹਰਬਾਨੀ ਨਾਲ ਕੋਈ ਚੋੜ ਚਕਾਰ ਨਹੀਂ ਹੋਵੇਗੀ ਇੱਥੇ ਆਓ ਨਾ ਬਾਈ ਨਾਲ ਨਾਲ ਪੁੱਛਦੇ ਜਾਵਾਂਗੇ ਨਾਲ ਮੱਝਾਂ ਵਖਾਦੇ ਜਾਵਾਂਗੇ ਛੱਡਦੇ ਡਰਨ ਡਰ ਲੈਣਦੇ ਵਜੂਦ ਤੁਸੀਂ ਪੂਰੀ ਮੱਝ ਦਾ ਵੇਖ ਲਿਆ ਤੇ ਮੈਂ ਇਨਸ਼ਾ ਅੱਲਾਹ ਦੁੱਧ ਵੀ ਉਹੀ ਗੱਲਾਂ ਕਰਾਂਗੇ ਜਿਹੜੀ ਸੱਚੀਆਂ ਨੇ ਜਿਹਦਾ ਦਿਲ ਕਰੇ ਆ ਕੇ ਚੋ ਲੈਵੇ ਗਾਰੰਟੀ ਨਾਲ ਗੱਲਾਂ ਹੋਣਗੀਆਂ ਰੇਟ ਵੀ ਉਹਨੂੰ ਪੁੱਛ ਲਾਂਗੇ ਮਾਲਕ ਮੰਗੇਗਾ ਰੱਜ ਕੇ ਲੇਕਿਨ ਦੁੱ ਗਰੰਟੀ ਨਾਲ ਦੱਸਾਂਗੇ ਤੁਹਾਨੂੰ ਇਹ ਦੁੱਧ ਮੱਝ ਕੋਲ ਕਿੰਨਾ ਥੋੜਾ ਜਿਹਾ ਬੂਹ ਖਾਓ ਛੱਡੇ ਦਾ ਕੈਮਰਾਮੈਨ ਸਾਹਿਬ ਥੋੜਾ ਜਿਹਾ ਕਰੀਬ ਹੋ ਜਾਓ ਇਹਨੂੰ ਵੱਡਾ ਕਰ ਲਓ ਜ਼ੂਮ ਨਾ ਕਰੋ ਕੈਮਰਾ ਜ਼ੂਮ ਨਾ ਕਰੋ ਮੈਂ ਡਰ ਰਹੀ ਹਾਂ ਹੋਰ ਕੁਝ ਵੀ ਨਹੀਂ ਮੈਂ ਕੋਲ ਦੁੱਧ ਵੀ ਚੰਗਾ ਹੈ ਰੇਟ ਵੀ ਚੰਗਾ ਹੈ ਸਾਰਾ ਕੁਝ ਚਲੋ ਅੱਜ ਦਾ ਤੇ ਵੀ ਕਲੀਪ ਬਣ ਛੱਡੋ ਜੀ ਹਾਂ ਜੀ ਸਭ ਇੱਧਰ ਆਓ ਅਸਲਾਮੁਅਲੈਕੁਮ ਵਅਲੈਕੁਮ ਸਲਾਮ ਕੀ ਨਾਮ ਹੈ پرویز ਜੀ پرویز ਭਾਈ ਹਾਂਜੀ ਇਹ ਜੋ ਮਜਦਰਦੀ ਪਈ ਜਿਹੜੇ ਸਾਨੂੰ ਸਾਹਮਣਾ ਕਰ ਰਹੀ ਹੈ ਹਾਂਜੀ ਹਾਂਜੀ ਇਹ ਦੱਸੋ ਕਿ ਇਹਦੇ ਕੋਲ ਫਾਈਨਲ ਦੁੱਧ ਕਿੰਨਾ ਦੱਸੋ ਆ ਕਿੰਨਾ ਸਿੱਧਾ ਕੈਮਰਾ 'ਚ ਵੇਖੋ ਦੁੱਧ ਮੈਨ ਕੋਲ 21 ਕਿਲੋ ਹੈ ਪਹਿਲਾਂ ਤੂੰ ਨੇ ਦੇਮ ਭਾਈ ਆਏ ਇੱਥੇ ਤਾਂ ਤੈਨੂੰ ਦੋ ਦੋ ਹੀ ਦੱਸਣਾ ਜਿਹੜਾ ਚਾਰ ਡੰਗ ਤੋਂ ਚੋਇ ਲਵੀ ਇੱਥੇ ਜੀ ਤੇ ਤੂੰ 18 ਕਿਲੋ ਦੁੱਧ ਚਵਾਸ ਆ ਮੌਕੇ ਤੇ ਇੱਥੇ 18 ਕਿਲੋ ਦੁੱਧ ਹੈ ਜਿਹੜਾ ਜਗ ਜੋਗ ਸਮੈਦ ਹੈ ਨਾ ਉਹ 21 22 ਕਰਦੀ ਹੈ ਠੰਡਾ ਦੁੱਧ 18 ਕਿਲੋ ਹੈ ਜੀ ਠੰਡਾ ਦੁੱਧ 18 ਕਿਲੋ ਹੈ ਤੇ 22 ਕਿਲੋ ਦੁੱਧ ਕਰਦੀ ਹੈ ਇਹ ਮੇਰੇ ਭਰਾ ਨੇ ਆਖਿਆ ਹੈ ਤੇ ਇਹ ਜੰਗਲੀਆਂ ਦੀ ਜਿਹੜੀ ਜ਼ਬਾਨ ਹੁੰਦੀ ਹੈ ਨਾ ਉਹ ਲੋਹੇ ਦੀ ਲਕੀਰ ਹੁੰਦੀ ਹੈ ਮੁੱਲ ਵੀ ਦੱਸ ਇਹਨਾਂ ਅਗਰ 18 ਲੀਟਰ ਦੁੱਧ ਕਰਦੀ ਹੈ ਨਾ 17 18 ਲੀਟਰ ਦੁੱਧ ਕਰਦੀ ਹੈ ਤੇ ਮੁੱਲ ਵੀ ਦੱਸ ਜੋਟ ਮਾਰ 3 ਲੱਖ 80 ਹਜ਼ਾਰ ਰੁਪਏ ਜੀ 3 ਲੱਖ 80 ਹਜ਼ਾਰ ਰੁਪਏ ਇਸ ਮੱਝ ਦਾ ਮੁੱਲ ਹੈ 18 ਲੀਟਰ ਦੁੱਧ ਹੈ ਦੁੱਜਣ ਮੱਝ ਹੈ ਪੂਰਾ ਥਣ ਚੱਡਾ ਇੱਕ ਇੱਕ ਚੀਜ਼ ਗਰੰਟੀ ਨਾਲ ਕਰਾ ਕੇ ਦੇਵਾਂਗੇ 3 ਲੱਖ 80 ਹਜ਼ਾਰ 18 ਲੀਟਰ ਦੁੱਧ ਹੈ ਠੰਡਾ ਗਰਮ ਦੁੱਧ ਜਿਹੜਾ ਹੈ 20 ਕਿਲੋ ਲੀਟਰ ਕਰਦੀ ਪਈ ਹੈ ਦੁੱਜਣ ਸੁਆਏ ਮੱਝ ਸੂਯੋਏ ਅੱਗੇ ਆਓ ਜੀ ਇਸ ਤੋਂ ਬਾਅਦ ਆ ਮਜ ਇਹ ਜਨਾਬ ਦੂਜੇ ਨੇ ਇਹ ਪਹਿਲੇ ਨੇ ਇਹ ਜਨਾਬ ਬਲੀ ਮੱਥੇ ਤੋਂ ਬਿਲੀਆਂ ਖਾਂ ਛੋਟਾ ਛੋਟਾ ਸਿੰਗ ਪੂਰੀ ਪਸ਼ਮ ਇੱਕ ਇੱਕ ਚੀਜ਼ ਮੇਰਾ ਕੈਮਰਾਮੈਨ ਤੁਹਾਨੂੰ ਵਖਾ ਰਿਹਾ ਪਹਿਲਣ ਛੋਟੀ ਹੈ ਕੈਮਰਾਮੈਨ ਸਾਹਿਬ ਪੂਰੀ ਕੋਸ਼ਿਸ਼ ਕਰ ਰਹੇ ਨੇ ਮਜ ਨੂੰ ਵਖਾਣ ਦੀ ਤੇ ਅਸੀਂ ਵੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਜਾਨਵਰ ਘਰ ਦੇ ਨੇ ਸਾਡੇ ਕੋਲ ਡਰਦੇ ਨੇ ਤੇ ਡਰਨ ਦੀ ਵਜ੍ਹਾ ਤੋਂ ਮਸਲਾ ਹੈ ਹੋਰ ਪਰੇਸ਼ਾਨੀ ਕੋਈ ਨਹੀਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਵਖਾਣ ਦੀ ਕੋਸ਼ਿਸ਼ ਇਹਨਾਂ ਦੀ ਆਦਤ ਬਣ ਜਾਏਗੀ ਜਦੋਂ ਮੈਂ ਰੋਜ਼ ਕੈਮਰਾ 'ਚ ਵਖਾਇਆ ਕਰਾਂਗਾ ਹਾਈ ਸਾਹਿਬ ਛੱਡ ਦਿਓ ਇਹਨੂੰ ਇਹਨੂੰ ਛੱਡ ਦਿਓ ਕਿਤੇ ਪਰੇਸ਼ਾਨ ਨਾ ਕਰੇ ਪਰਾਂ ਜਾਣ ਦਿਓ ਇਹਨੂੰ ਪਰਾਂ ਜਾਣ ਦਿਓ ਪਰਾਂ ਜਾਣ ਦਿਓ ਬਾਜ ਫੜ ਲੈ ਇੱਥੇ ਆਓ ਮੇਰੇ ਕੋਲ ਤੂੰ ਇਧਰ ਕੈਮਰਾਮੈਨ ਥੋੜਾ ਇਸ ਪਾਸੇ ਆ ਹਾਈ ਸਾਹਿਬ ਇਹ ਪਹਿਲਣ ਝੋਟੀ ਵਿਖਾਈਏ ਬਿੱਲੀ ਬਿੱਲੀ ਹੈ ਮੱਥੇ ਤੋਂ ਸੋਹਣੀ ਨਿੱਕੀ ਜਿਮੋਟਿਆਰ ਸੋਹਣੀ ਝੋਟੀ ਹੈ ਇਹਦੇ ਕੀ ਪੈਸੇ ਨੇ ਸਾਹਮਣੇ ਵੇਖ ਕੈਮਰੇ ਚ ਇਹਦਾ 320000 ਰੁਪਇਆ ਜੀ 320000 ਤੇਰੀ ਘਰ ਦੀ ਮੱਝਾਂ ਨੇ ਹਾਂ ਜੀ ਘਰ ਦੀਆਂ ਇਹ ਮਤਲਬ ਇਹ ਸਾਰੀਆਂ ਨਿਆਬ ਚੀਜ਼ਾਂ ਆਪ ਦੀ ਨਸਲੀ ਰੱਖੀਆਂ ਹੋਈਆਂ ਨੇ ਹਾਂ ਜੀ ਆਦੀ ਨਸਲੇ ਅੱਛਾ ਇਹ ਪਹਿਲਣ ਨੇ ਹਾਂ ਜੀ ਪਹਿਲਣ ਤੇ ਇਹਦੇ ਕੋਲ ਫਾਈਨਲੀ ਦੁੱਧ ਜਿਹੜਾ ਇਸ ਟਾਈਮ ਹੈ ਕਿੰਨਾ ਹੈ 15 ਕਿਲੋ ਜੀ 15 ਕਿਲੋ ਪੱਕਾ ਪੱਕਾ ਠੰਡਾ ਠੰਡਾ ਦੁੱਧ ਠੰਡਾ ਦੁੱਧ ਪਾਵਾ ਚਾਰ ਟਾਈਮ ਚੋਲ ਲਵਿਆ ਤੁਸੀਂ ਚਾਰ ਟ ਪੈਸੇ ਕਿੰਨੇ ਨੇ ਪੈਸੇ ਦਾ 3 ਲੱਖ 20 ਹਜ਼ਾਰ ਰੁਪਏ 3 ਲੱਖ ਤੇ 20 ਹਜ਼ਾਰ ਰੁਪਿਆ ਇਹਦਾ ਮੁੱਲ ਹੈ ਜਨਾਬ ਕੋਈ ਪਿਆਰ ਮੁਹabbat ਹੈ ਨਹੀਂ ਜਿਵੇਂ ਮੈਂ ਫਾਈਨਲ ਜੀ ਦੱਸਾਂ ਨਦੀਨ ਸਾਹਿਬ ਨੂੰ 15 ਲੀਟਰ ਦੁੱਧ ਪੈਲਣ ਝੋਟੀ 3 ਲੱਖ 20 ਹਜ਼ਾਰ ਰੁਪਿਆ ਮੁੱਲ ਦੁੱਧ 15 ਲੀਟਰ ਨਾ ਹੋਵੇ ਆਕੇ 3 ਟਾਈਮ 4 ਟਾਈਮ ਆਕੇ ਚੋਲੋ ਮੱਜਾ ਜੀਜੇ ਉਹ ਖਾਵਾਂਗਾ ਮੁੱਲ ਮਾਲਕ ਦੇ ਉਹਦੇ ਉਹਦੇ ਸਾਹਬ ਨਾਲ ਉਹ ਸੁਬਾਹ ਦੇ ਇੱਕ ਹੋਰ ਪੈਲਣ ਖੜੀ ਹੈ ਮੇਰਾ ਕੈਮਰਾਮੈਨ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੇਗਾ ਡਰਦੀ ਪਈ ਹੈ ਕੈਮਰਾਮੈਨ ਉਸ ਪਾਸੇ ਹੋ ਜਾ ਤੁਸੀਂ ਉਸ ਪਾਸੇ ਹੋ ਜਾ ਉਸ ਪਾਸੇ ਉਸ ਪਾਸੇ ਹੋ ਜਾਓ ਉਸ ਪਾਸੇ ਹੋ ਜਾਓ ਕੁਝ ਵੀ ਨਹੀਂ ਹੁੰਦੀ ਕੋਈ ਗੱਲ ਨਹੀਂ ਕਰਦੀ ਪਹਿਲਣ ਝੋਟੀ ਹੈ ਜੀ ਇਹ ਵੀ ਕੋਈ ਮਸਲਾ ਨਹੀਂ ਹੈ ਕਿਸੇ ਕਿਸਮ ਦਾ ਕੋਈ ਪਰੇਸ਼ਾਨੀ ਨਹੀਂ ਕੋਈ ਡਰਨ ਵਾਲੀ ਗੱਲ ਨਹੀਂ ਹੈ ਕੁਝ ਵੀ ਤੈਨੂੰ ਆਹਦੇ ਪੁੱਤਰ ਬਿੱਲੀ ਅੱਖਾਂ ਤੋਂ ਨਿਕਾ ਨਿਕਾ ਸਿੰਘ ਪਹਿਲਣ ਝੋਟੀ ਕੁਝ ਵੀ ਨਹੀਂ ਮਾਈ ਕੀ ਗੱਲ ਹੈ ਕਿਉਂ ਡਰ ਜਾਨੀ ਪਸ਼ਮ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਹੈ ਮੱਝ ਦੇ ਉੱਤੇ ਝੋਟੀ ਪਹਿਲਣੇ ਬੜੀ ਖੂਬਸੂਰਤ ਹੈ ਨਾਇਾਬ ਹੈ ਤੇਰੇ ਵੱਲੇ ਕੈਮਰਾਮੈਨ ਆ ਤੇਰੇ ਦੁਬਾਰੇ ਮੁਕੀਆਂ ਨਹੀਂ ਅਜ ਮੱਜਾਂ ਅਜ ਤੇਰੇ ਸਿਰੇ ਨੇ ਝੋਟੀਆਂ ਪਹਿਲਣ ਝੋਟੀ ਦਾ ਕੰਡ ਉਤਰ ਕੁਛ ਵੀ ਨਹੀਂ ਹੈਗਾ ਕਿਉਂ ਕਮਲੀਆਂ ਹੀ ਖਲੀਆਂ ਕਿਉਂ ਕਮਲੀਆਂ ਹੀਆਂ ਖਲੀਆਂ ਜੇ ਕੁਛ ਵੀ ਨਹੀਂ ਹੈਗਾ ਕੁਛ ਵੀ ਨਹੀਂ ਕੈਮਰਾਮੈਨ ਤੂੰ ਨਾ ਯਾਰ ਕੋਸ਼ਿਸ਼ ਕਰ ਮੇਰੇ ਮਗਰੋਂ ਲੰਘ ਕੇ ਨਾ ਤੇ ਇਹਦਾ ਪਿਛਲਾ ਇੱਕ ਤਾਂ ਪੈਂਟ ਪਾਈ ਹੋਈ ਹੈ ਤੇ ਇੱਕ ਇਹਦਾ ਪਿਛਲਾ ਪੁੱਠਾ ਵਖਾ ਯਾਰ ਮੱਜਦਾ ਇੰਨੇ ਇੰਨੇ ਕੰਟ ਇੱਥੇ ਇੰਨੇ ਕੰਮ ਖਾਲ ਇੰਨੇ ਕੰਮ ਖਾਲ ਪਹਿਲਣ ਝੋਟੀ ਪੂਰਾ ਵਿਰਲਾ ਤੇ ਥਣ ਸੋਹਣੀਆਂ ਦਰਦੀ ਪਈ ਏ ਝੋਟੀ ਲੇਕਿਨ ਸੋਹਣੀ ਬੜੀ ਏ ਤੇ ਮੈਨੂੰ ਲੱਗਦਾ ਜਿਹੜੀਆਂ ਦਰਿਆ ਦੀਆਂ ਮੱਝਾਂ ਨੇ ਨਾ ਨੀਲੀ ਦੀਆਂ ਅੱਜ ਮੇਰੇ ਕੈਮਰਾਮੈਨ ਨੂੰ ਕੁਛ ਨਾ ਕੁਛ ਵਖਾਉਣ ਗਿਆ ਬਿਸਮਿਲ੍ਲਾ ਛੱਡ ਨਾ ਕਿਤੇ ਲੱਗ ਜਾਵੇ ਛੱਡ ਦਿਓ ਸੀ ਯਾਰ ਜੇ ਨਸੀਬਾਂ ਚ ਹੋਈਆਂ ਤੇ ਕੋਈ ਲੈ ਲੇਗਾ ਕਿਉਂਕਿ ਇਹ ਘਰ ਦੀਆਂ ਮੱਝਾਂ ਨੇ ਡਰ ਰਹੀਆਂ ਨੇ ਅਸੀਂ ਮਾਜਰਤ ਖਵਾਏ ਗਏ ਕਿ ਪੂਰਾ ਫਾਈਨਲੀ ਝੋਟੀ ਤੁਸੀਂ ਵੇਖਦੇ ਪਿਓ ਪਿੱਛੇ ਨੇ ਕੀ ਏ ਇੱਥੇ ਆਓ ਜਰਾ ਅੱਛਾ ਇਹ ਪਹਿਲਣੇ ਹਾਂਜੀ ਪਹਿਲਣੇ ਫਾਈਨਲੀ ਪੱਕੀ ਪੱਕੀ ਫਾਇਲਾਣਾ ਦੁੱਧ ਕਿੰਨਾ ਗਾਰ ਦੀ ਆਪਨੇ ਕਿਹੜਾ ਮੁੱਲ ਹੈ ਜੀ ਦੁੱਧ ਕਿੰਨਾ ਦੁੱਧ ਮੈਨੂੰ ਕੋ 15 16 ਕਿਲੋ ਜੀ 15 16 ਕਿਲੋ ਹਾਂ ਜੀ 14 ਕਿਲੋ ਫਾਈਨਲੀ ਹੈ ਜ਼ਿਆਦਾ ਹੀ ਹੈ ਘੱਟ ਨਹੀਂ ਹੈ ਜੀ ਜ਼ਿਆਦਾ ਹੀ ਹੈ ਘੱਟ ਨਹੀਂ ਹੈ ਘਰ ਦੀ ਮੈਂ ਤੁਸੀਂ ਪਸ਼ਾ ਵੇਖਦੇ ਪੇ ਝੋਟੀ ਦੇ ਕਿਵੇਂ ਗੱਟ ਗੱਟ ਸਾਰੀਆਂ ਮੱਜਾਂ ਤਾਂ ਪਸ਼ਾ ਮੈਂ ਮੇਰੀਆਂ ਤੇ ਪਿਓ ਨੀਲੀ ਦੀਆਂ ਮੱਜਾਂ ਨੇ ਨੀਲੀ ਦੀਆਂ ਇਹ ਨੀਲੀ ਦੇ ਮੱਜਾਂ ਨੇ ਆਪਣਾ ਦੇਸ਼ ਪੰਜਾਬ ਤੋਂ ਤੁਹਾਨੂੰ ਨੀਲੀ ਦੇ ਮੱਜਾਂ ਵਖਾਵਾਂਗਾ ਅੱਜ ਮਾਲਕ ਮੁੱਲ ਵੀ ਐਵੇਂ ਕਰਦਾ ਜਿਹਨਾਂ ਨੀਲੀ ਦੀ ਪਛਾਣ ਹੈ ਨਾ ਇੱਥੇ ਆ ਕੇ ਕਰਨ ਮੱਜਾਂ ਨੀਲੀ ਦੀਆਂ ਵਖਾਵਾਂ ਤੁਹਾਨੂੰ ਮੈਂ ਨੀਲੀ ਦੇ ਮ ਕਿ ਇਹ ਇਹ ਦੁੱਧ ਹੁਣ 13 ਤੋਂ 14 ਜਾਂ 15 ਕਿਲੋ ਕਰਦੇ ਵੀ ਪਹਿਲਣ ਹੋ ਗਏ ਚਾਰ ਪੰਜ ਟਾਈਮ ਤੋਂ ਨਾ ਚਾਤ ਦੇ ਸਮਝਾਂ ਆਵੇਂ ਤੁਹਾਨੂੰ ਇੱਕ ਟਾਈਮ ਮਾਜ ਨਹੀਂ ਸਵਾਦ ਦੇਣੀ ਚਾਰ ਪੰਜ ਟਾਈਮ ਤੁਹਾਨੂੰ ਚਾਤ ਦੇ ਸਮਝਾਂ ਸਾਰੀਆਂ ਪੈਸੇ ਕਿੰਨੇ ਪੈਸੇ ਤਾਂ 2 ਲੱਖ 40 ਹਜ਼ਾਰ ਰੁਪਏ 2 ਲੱਖ 40 ਹਜ਼ਾਰ ਰੁਪਏ ਇਸ ਪਹਿਲਣ ਦਾ ਮੁੱਲ ਹੈ ਅਗਰ ਮਾਲਕ ਮੁੱਲ ਜ਼ਿਆਦਾ ਕਰੇ ਤਾਂ ਕਮੈਂਟ ਵਿੱਚ ਦੱਸਣਾ ਜੇ ਦੁੱਧ ਇੰਨਾ ਨਾ ਹੋਵੇ ਇਹਨਾਂ ਝੋਟੀਆਂ ਕੋਲ ਤੇ ਮੈਂ ਜਾ ਕੇ ਚੋਕੇ ਤਸੱਲੀ ਕਰ ਲਿਆ ਜੇ ਤੁਹਾਨੂੰ ਆਣ ਜਾਣ ਦਾ ਕਿਰਾਇਆ ਵੀ ਅਸੀਂ ਦੇਵਾਂਗਾ ਮੈਂ ਦੇਵਾਂਗਾ ਤੁਹਾਨੂੰ ਅਗਰ ਮੱਝਾਂ ਇਹਨਾਂ ਕੋਲ ਇਹਨਾਂ ਕੋਲ ਨਾ ਹੋਵੇ ਮੈਂ ਤੁਹਾਨੂੰ ਆਣ ਜਾਣ ਦਾ ਕਿਰਾਇਆ ਵੀ ਦੇਵਾਂਗਾ ਅਗਰ ਸਾਡੀ ਇਸ ਮੇਰੇ ਬਰਾਦ ਦੀਆਂ ਮੱਝਾਂ ਕੋਲ ਇਹ ਘਰ ਦੀਆਂ ਮੱਝਾਂ ਨੇ ਵਪਾਰ ਦੀਆਂ ਨਹੀਂ ਹੈਗੀਆਂ ਕਿ ਤੁਹਾਨੂੰ ਵਪਾਰ ਦੀਆਂ ਦੱਸ ਸਕੀਏ 2 ਲੱਖ 40 ਦਾ ਮੁੱਲ ਕੀਤਾ ਪਿਆਰ ਮੁਹੱਬਤ ਕਰਵਾ ਲਾਂਗੇ ਇਹਨਾਂ ਕੋਲੋਂ ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੀ ਆਪਣਾ ਦੇਸ਼ ਪੰਜਾਬ ਟੀਵੀ ਤੇ ਦਮ ਪਾਣ ਵਾਸਤੇ ਇਨਸ਼ਾਅੱਲਾ ਇਹ ਬੰਦਾ ਤਿਆਰ ਹੈ ਜਿਹੜਾ ਦੁੱਧ ਦੱਸਿਆ ਇਹਨਾਂ ਚਵਾ ਕੇ ਵਿਜਵਾ ਕੇ ਦੇਾਂਗੇ ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੇ ਮਿਲਦੇ ਆਂ ਅਗਲੀ ਵੀਡੀਓ 'ਚ ਅੱਲਾ ਨਿਕੇ ਬਾਨ